जनके सेवा करे Thank you.
ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸਹੀ ਤੁਝੇ ਪਛਾਣੇ ਸਹੀ ਤੁਝੇ ਪਛਾਣੇ ਖੇਡਣਾ ਜਾਂ ਉਹਨਾਂ ਨੂੰ ਖੇਡਾਉਣਾ
ગાલી તે તું હે બસ આ ગલ સમજણ વાલી બાબા કબીર જી દે ઇસ શબ્દ વિચ જેડી ગ્રેડ કરાઈ ગઈ ਇਸ ਬ੍ਰਹਿਮੰਡ ਵਿੱਚ ਲੋਕਾਂ ਨੇ ਬਹੁਤ ਸਾਰੀਆਂ ਵਸਤੂਆਂ ਦਾਣੀਆਂ ਦੇਵੀ ਦੇਵਤੇ ਰੱਖ ਲਿਆ, ਰਾਖਸ਼ ਰੱਖ ਲਿਆ, ਉਹਨਾਂ ਦੀਆਂ ਸ਼ਕਤੀ ਰੂਪ ਸਾਧਨਾ ਕਰਕੇ ਪੂਜਾ ਵੀ ਸ਼ੁਰੂ ਕਰ ਲਈ। ਇਹੋ ਹੀ ਹੈ ਸ਼ਕਤੀ ਤੇ ਸ਼ਕਤੀਵਾਨ ਵਿੱਚ ਇੱਕ ਸੂਖਮ ਜਿਹਾ ਭੇਦ ਹੈ। ਸ਼ਕਤੀ ਹੋਰ ਚੀਜ਼ ਹੈ ਜਿਹੜੀ ਖੇਡ ਕੋਟ ਕਲਾ ਕਰੋੜਾਂ ਸ਼ਕਤੀਆਂ ਜਿਨ੍ਹਾਂ ਨਾਲ ਖੇਡ ਰਿਹਾ ਗੋਪਾਲ ਸਾਧਨਾ। ਕੋਈ ਫੁੱਟਬਾਲ ਖੇਡਦਾ ਹੈ, ਹਾਕੀ ਖੇਡਦਾ, ਬੈਡਮਿੰਟਨ ਖੇਡਦਾ, ਉਹਦੇ ਸਾਧਨ ਵੱਖਰੇ ਵੱਖਰੇ ਨੇ, ਸਮਾਨ ਉਹਨਾਂ ਦਾ ਸ਼ਕਲ ਬਾਪ ਸ਼ਕਲ ਵੱਖਰੀ ਹੈ। ਪਰ ਇੱਕ ਖਿਆਲ ਕਰੋ, ਸਮਾਨ ਹੋਰ ਚੀਜ਼ ਹੈ, ਖਿਡਾਰੀ ਹੋਰ ਚੀਜ਼ ਹੈ। ਕਦੀ ਵੇਖਿਆ ਜੀ ਫੁੱਟਬਾਲ ਖੇਡਣ ਵਾਲਾ ਖਿਡਾਰੀ ਜਿਹਨੂੰ ਬੜੀ ਰੋਚਕਤਾ ਨਾਲ ਰੋਜ਼ ਲੋਕ ਦੇਖਦੇ ਹੋਣ, ਉਹਦੀ ਖੇਡ 'ਤੇ ਪ੍ਰਸੰਨ ਵੀ ਹੋਣ, ਜਦੋਂ ਮਾਨ ਸਨਮਾਨ ਦੇਣਾ ਹੋਵੇ ਉਦੋਂ ਫੁੱਟਬਾਲ ਨੂੰ ਦੇਣਗੇ ਕਿ ਖਿਡਾਰੀ ਨੂੰ ਦੇਣਗੇ? ਸਾਡੇ ਸਾਹਮਣੇ ਆਮ ਸਵਾਲ, ਜਦੋਂ ਮਾਨ ਸਨਮਾਨ ਦੇਣਾ ਹੋਵੇ, ਜਦੋਂ ਸੰਬੰਧ ਜੋੜਨਾ ਹੋਵੇ, ਉਦੋਂ ਖਿਡਾਰੀ ਨਾ ਕਿ ਫੁੱਟਬਾਲ। ਫੁੱਟਬਾਲ ਪਤਾ ਨਹੀਂ ਕਿੰਨੇ ਕੁ ਉਹਦੀ ਲਾਈਫ ਵਿੱਚ ਆਏ ਨੇ ਜਿਹੜੇ ਉਹਨੇ ਖੇਡ ਖੇਡ ਕੇ ਛੱਡ ਦਿੱਤੇ ਨੇ। ਹਜ਼ੂਰ ਨੇ ਬਾਣੀ ਵਿੱਚ ਸ੍ਰੀ ਸੁਖਮਨੀ ਸਾਹਿਬ ਅੰਦਰ ਇੱਕ ਲਫ਼ਜ਼ ਆ ਗਏ, ਖਿਡਾਰੀ
ਇੱਥੋਂ ਤੱਕ ਆਖ ਦਿੱਤਾ ਜੀ ਯੰਤਰ ਸਭ ਤਾਂ ਤੇ ਹੱਥ ਸਾਰਿਆਂ ਦਾ ਮੇਨ ਸੋਚ ਉਹਨੇ ਆਪਣੇ ਹੱਥ ਰੱਖਿਆ ਮੈਂ ਖਿਡਾਰੀ ਤੇ ਉਹ ਹੈ ਪਰ ਸਾਡਾ ਦੁਖਾਂਤ ਕੀ ਹੈ ਅਸੀਂ ਫੁੱਟਬਾਲ ਨੂੰ ਪੂਜਦੇ ਹਾਂ ਹਾਕੀ ਨੂੰ ਹਾਰ ਪਾ ਰਹੇ ਹਾਂ ਖਿਡਾਰੀ ਨੂੰ ਨਹੀਂ ਪਛਾਣਦੇ ਬਾਬਾ ਕਬੀਰ ਜੀ ਨੇ ਸ਼ਬਦ ਵਿੱਚ ਇਹੋ ਹੀ ਰਾਜ ਸਮਝਾਇਆ ਹੈ ਜਿੰਨਾ ਵਸਤੂਆਂ ਤੇ ਜਿੰਨਾ ਸ਼ਕਤੀਆਂ ਨੂੰ ਤੂੰ ਦੇਵੀ ਦੇਵਤਾ ਆਖ ਕੇ ਪੂਜ ਰਿਹਾ ਪੂਜ ਰਿਹਾ ਤੈਨੂੰ ਪਤਾ ਇਹ ਤਾਂ ਉਸ ਮਾਲਕ ਖਿਡਾਰੀ ਜਿਹੜਾ ਹੈ ਉਹਦੇ ਹੱਥ ਦੀ ਖੇਡ ਨੇ ਉਹਦੇ ਹੱਥ ਦੀ ਖੇਡ ਨੇ ਬਾਬਾ ਕਬੀਰ ਜੀ ਦੀ ਇਹ ਅਸ਼ਟਪਦੀ ਦਾ ਸ਼ਬਦ ਪਿੱਛੋਂ ਹੀ ਲੈ ਲਓ ਮੈਂ ਦੁਬਾਰਾ ਨਾ ਦੋਹਰਾਵਾਂ ਤੇ ਬਹੁਤ ਸਾਰੀਆਂ ਐਸੀਆਂ ਸ਼ਕਤੀਆਂ ਦਾ ਜ਼ਿਕਰ ਕੀਤਾ ਹੈ ਜਿਹਦੇ ਵਿੱਚ ਦੁਰਗਾ ਦਾ ਨਾਮ ਵੀ ਆਇਆ ਬ੍ਰਹਮਾ ਦਾ ਨਾਮ ਵੀ ਆਇਆ ਸ਼ਿਵਜੀ ਦਾ ਨਾਮ ਵੀ ਆਇਆ ਸ਼ਕਤੀਆਂ ਪਰ ਗੁਰੂ ਕਹਿੰਦਾ ਨਹੀਂ ਕੋਈ ਇੱਕ ਕਲਾ ਹੋਵੇ ਦੋ ਕਲਾ ਹੋਵੇ ਚਾਰ ਕਲਾ ਇਹ ਸਾਰੀਆਂ ਕਲਾ ਸਾਰੀਆਂ ਸ਼ਕਤੀਆਂ ਵੱਖਰੀਆਂ ਸ਼ਿਵਜੀ ਸ਼ਿਵਜੀ ਹੈ ਉਹ ਸਿਰਫ ਮਾਰ ਹੀ ਸਕਦਾ ਕਿਸੇ ਨੂੰ ਜਿਵਾ ਨਹੀਂ ਸਕਦਾ ਜਿਹਨੇ ਸ਼ਿਵਜੀ ਨੂੰ ਪੂਜਿਆ ਉਹਨੂੰ ਪਤਾ ਹੈ ਇਹ ਮੌਤ ਦਾ ਦੇਵਤਾ ਹੀ ਹੈ ਵਿਸ਼ਨੂੰ ਰੋਜ਼ੀ ਦੇ ਹੀ ਸਕਦਾ ਹੈ ਬਸ ਬ੍ਰਹਮਾ ਕੇਵਲ ਘੜ ਹੀ ਸਕਦਾ ਹੈ ਬਸ ਕੋਈ ਐਸਾ ਵੀ ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਨੇ ਖਿਡਾਰੀ ਅਸੀਂ ਉਹਨਾਂ ਸ਼ਕਤੀਆਂ ਦੀ ਪੂਜਾ ਵਿੱਚ ਪੈ ਗਏ ਸ਼ਕਤੀਵਾਨ ਨੂੰ ਨਹੀਂ ਪਛਾਣਿਆ ਲੋਕਾਂ ਫਰਕ ਸੀ ਬਾਬਾ ਕਬੀਰ ਜੀ ਦੇ ਸਮਝਾਉਣ ਦੀ ਗੱਲ ਹੈ ਕਿ ਅਸੀਂ ਸ਼ਕਤੀਆਂ ਦੀ ਪੂਜਾ ਸ਼ੁਰੂ ਕਰ ਦਿੱਤੀ ਵੱਖਰੀਆਂ ਵੱਖਰੀਆਂ ਜਿਹੜੀਆਂ ਇੱਕ ਇੱਕ ਨੇ ਹੁਣ ਇੱਥੇ ਇਸ ਵਾਰ ਵੀ ਜਿਹੜਾ ਤੀਜਾ ਸ਼ਬਦ ਇਸ ਅਸ਼ਟਪਦੀ ਦਾ ਚੱਲ ਰਿਹਾ ਉਹਦੇ ਵਿੱਚ ਵੀ ਕੀ ਲਫ਼ਜ਼ ਹੈ ਦੇਵਤਾ ਮੰਨਿਆ ਗਿਆ ਮੰਨ ਲਿਆ ਮੰਨਣ ਵਾਲਿਆਂ ਸਿੱਖੀ ਦੀ ਗੁਰਮਤ ਦੇ ਘੇਰਾ ਬੜਾ ਵਿਸ਼ਾਲ ਹੈ ਗੁਰੂ ਤਾਂ ਕਹਿੰਦਾ ਧਨ ਸਾਰੇ ਪਦਾਰਥ ਦੁਨੀਆਂ ਦੇ ਸੁੱਖ ਸਾਰੇ ਮੇਰੇ ਮਾਲਕ ਦੀ ਮੁੱਠੀ ਵਿੱਚ ਨੇ ਗੁਰਬਾਣੀ ਵਿੱਚ ਆਖਿਆ ਸਾਰੇ ਉਹਦੀ ਮੁੱਠ ਵਿੱਚ ਨੇ ਚਾਰ ਪਦਾਰਥ ਅਸ਼ਟ ਦਸ਼ਾ ਸਿੱਧ ਕਾਮਧੇਨ ਪਾਰਜਾਤ ਚਾਰ ਪਦਾਰਥ ਅਸ਼ਟ ਦਸ਼ਾ ਸਿੱਧ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮਧੇਨ ਪਾਰਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਸਾਰੇ ਕੁਦੂ ਦੀ ਮੁੱਠੀ ਵਿੱਚ ਪਰ ਅਸੀਂ ਪਦਾਰਥਾਂ ਦੀ ਪੂਜਾ ਸ਼ੁਰੂ ਕਰ ਰਹੇ ਇੱਥੇ ਹੁਣ ਲਫ਼ਜ਼ ਕੁਮੇਰ ਕੀ ਹੈ ਦੌਲਤ ਦਾ ਧਨ ਦਾ ਦੇਵਤਾ ਧਨ ਦਾ ਢੇਰ ਖਜ਼ਾਨੇ ਦਾ ਮਾਲਕ ਖਜ਼ਾਨੇ ਤੇ ਬੈਠਾ ਰਾਖੀ ਕਰਨ ਵਾਲਾ ਪਰ ਵੇਖੋ ਅਗਲੇ ਪਾਸੇ ਇੱਕ ਲਫ਼ਜ਼ ਬੜਾ ਸੂਖਮ ਸਮਝ ਲਈ ਨਾਲ ਹੀ ਅਗਲੇ ਪਾਸੇ ਇੱਕ ਲਫ਼ਜ਼ ਲਕਸ਼ਮੀ ਵਰਤ ਦਿੱਤਾ ਹੈ ਦੋਵਾਂ ਦਾ ਫਰਕ ਸਮਝ ਲਿਆ ਸ਼ਬਦਾਵਲੀ ਦਾ ਕੀ ਅੰਤਰ ਰੱਖਿਆ ਕੋਟ ਕੁਮੇਰ ਪਰੇ ਭੰਡਾਰ ਲਖਮੀ ਕੋਟ ਲਖਮੀ ਲੋ ਦੋਵਾਂ ਚ ਫਰਕ ਕੀ ਹੁਣ ਲਕਸ਼ਮੀ ਨੂੰ ਵੀ ਤਾਂ ਅਸੀਂ ਦੌਲਤ ਦੀ ਦੇਵੀ ਆਖਣੇ ਦੇਵੀ ਆਖਣੀ
ਕੋਵੇਰਨ ਤਾਂ ਦਾ ਦੇਵਤਾ ਕਹਿੰਦੇ ਕੀ ਕਾਰਨ ਪੂਜਾ ਲਕਸ਼ਮੀ ਦੀ ਲੋਕ ਕਰਦੇ ਨੇ ਕੁਮਾਰ ਦੀ ਨਹੀਂ ਕਰਦੇ ਕੁਬੇਰ ਦੀ ਪੂਜਾ ਨਹੀਂ ਹੁੰਦੀ ਜਾਣਦੇ ਕਿਉਂਕਿ ਉਹ ਕੇਵਲ ਰਾਖੀ ਕਰਨਾ ਹੈ ਇਹਨਾਂ ਦੀ ਮਿਥਾਸ ਦੇ ਮੁਤਾਬਕ ਉਹ ਬੈਠਾ ਹੈ ਰੱਖ ਰਖਵਾਲਾ ਬਣ ਕੇ ਪਰ ਲਕਸ਼ਮੀ ਜਿਹੜੀ ਹੈ ਉਹ ਜਿਸ ਘਰ ਵਿੱਚ ਜਾਂਦੀ ਉੱਥੇ ਚਹਿਲ ਪਹਿਲ ਕਰਦੀ ਉਹ ਵਰਤੋਂ ਵਿੱਚ ਆਉਣ ਵਾਲੀ ਉਹ ਦੌਲਤ ਹੈ ਉਹ ਦੌਲਤ ਦਾ ਰਾਖਾ ਹੈ ਦੋਵਾਂ ਵਿੱਚ ਭਰ ਕੇ ਉੱਥੇ ਸ਼ਿੰਗਾਰ ਲਫਜ਼ ਹੈ ਉੱਥੇ ਭੰਡਾਰ ਲਫਜ਼ ਹੈ ਦੌਲਤ ਸਾਂਭਣ ਵਾਲੇ ਕੋਲ ਵੀ ਹੁੰਦੀ ਹੈ ਪਰਦੇ ਤਣ ਦੇ ਕੱਪੜੇ ਫਟੇ ਵੀ ਹੋ ਸਕਦੇ ਨੇ ਕੋਈ ਸ਼ੂਮ ਆਦਮੀ ਦੇ ਘਰ ਵਿੱਚ ਬਹੁਤ ਸਾਰੀ ਦੌਲਤ ਹੋ ਸਕਦੀ ਹੈ ਕਿਉਂਕਿ ਸ਼ੂਮ ਪੁਣੇ ਨਾਲ ਉਹਨੇ ਇਕੱਤਰ ਕੀਤੀ ਹੁੰਦੀ ਆਪਣੇ ਤਣ ਦੇ ਕੱਪੜੇ ਫਟੇ ਹੀ ਹੁੰਦੇ ਨੇ ਪਰ ਜਿਸ ਘਰ ਵਿੱਚ ਲਕਸ਼ਮੀ ਆਉਂਦੀ ਹੈ ਉੱਥੇ ਚਹਿਲ ਪੈ ਹੁੰਦੀ ਬਲਕਿ ਅਚਾਨਕ ਆਉਣ ਦੀ ਗੱਲ ਤਾਂ ਗੁਰੂ ਨੇ ਬਾਣੀ ਵਿੱਚ ਵੀ ਕਰ ਦਿੱਤੀ ਕਹਿਣ ਲੱਗੇ ਉਦੋਂ ਸਾਹੇ ਕਿਆ ਨਿਸ਼ਾਨੀ ਤੋਟ ਨਾ ਆਵੇ ਅੰਨੀ ਜਿਹੜਾ ਅਚਾਨਕ ਸ਼ਾਹ ਬਣੇ ਨਾ ਅਮੀਰ ਹੋ ਜਾਏ ਉਹ ਦਿਖਾਵਾ ਜ਼ਿਆਦਾ ਕਰਦਾ ਆਪਣੀ ਦੌਲਤ ਹਰ ਪਾਸੇ ਉਹਦਾ ਸ਼ਾਹ ਕਿਆ ਨਿਸ਼ਾਨੀ ਨਿਸ਼ਾਨੀ ਉਹਦੀ ਕੀ ਹੈ ਉਹਦੇ ਘਰ ਦਿਖਾਵਾ ਜ਼ਿਆਦਾ ਹੈ ਜਿਸ ਘਰ ਵਿੱਚ ਲਕਸ਼ਮੀ ਇਹਨਾਂ ਦੇ ਵਿਚਾਰ ਮੁਤਾਬਕ ਜਿਸ ਘਰ ਵਿੱਚ ਲਕਸ਼ਮੀ ਹੈ ਉੱਥੇ ਚਹਿਲ ਪੈ ਸ਼ਿੰਗਾਰ ਸਜਾਵਟ ਹੈ ਦਿਖਾਵਾ ਹੈ ਕਿਉਂਕਿ ਸਜਾਵਟ ਜਿੰਨੀ ਹੁੰਦੀ ਹੈ ਸ਼ਿੰਗਾਰ ਜਿੰਨਾ ਹੁੰਦਾ ਉਹ ਦਿਖਾਵੇ ਨਹੀਂ ਹੁੰਦਾ ਸ਼ਿੰਗਾਰ ਮਨੁੱਖ ਕਰਦਾ ਹੀ ਦਿਖਾਵੇ ਲਈ ਹੈ ਜਿਸ ਘਰ ਵਿੱਚ ਲਕਸ਼ਮੀ ਹੈ ਕਹਿੰਦੇ ਨੇ ਉੱਥੇ ਬਲਕਿ ਇੱਥੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਕਹਿਣ ਲੱਗੇ ਸੁਹਾਗਣ ਹੈ ਆਪ ਸੁੰਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਾਈ ਸੁਹਾਗਣ ਹੈ ਆਪ ਸੁੰਦਰੀ ਪਗ ਨੇਵਰ ਛਣਕ ਛਣ ਹਰੀ ਗੁਰਬਾਣੀ ਦੀ ਲਾਈ ਇੱਥੇ ਜਿਹੜੀ ਇਹ ਮਾਇਆ ਦੌਲਤ ਹੈ ਬੜੀ ਖੂਬਸੂਰਤ ਹੈ ਹਰ ਇੱਕ ਨੂੰ ਬੜੀ ਚੰਗੀ ਲੱਗਦੀ ਹਰ ਇੱਕ ਨੂੰ ਬੜੀ ਚੰਗੀ ਲੱਗਦੀ ਇਹ ਤਾਂ ਜਿਸ ਰਾਹ ਲੰਘਦੀ ਦੌਲਤ ਵਾਲਾ ਪੁਰਸ਼ ਜਿਹੜੇ ਚਾਹੋ ਰਾਹ ਲੰਘੇ ਉੱਥੇ ਪਤਾ ਲੱਗਦਾ ਵੀ ਇਹ ਅਮੀਰ ਆਦਮੀ ਹੈ ਇਹੋ ਹੀ ਹੈ ਮਨੋ ਨੇ ਤੁਹਾਡੇ ਪੈਰਾਂ ਵਿੱਚ ਘੁੰਗਰੂ ਹੋਣ ਤੇ ਜਿਹੜੇ ਰਸਤੇ ਲੰਘਦੀ ਹੈ ਦੌਲਤ ਉੱਥੇ ਛਣਕਾਰ ਪਾਉਂਦੀ ਜਾਂਦੀ ਸੁਹਾਗਣ ਹੈ ਆਤ ਸੁੰਦਰੀ ਪਗ ਨੇਵਰ ਛਣਕ ਛਣ ਹਰੀ ਤੇ ਦੂਜੇ ਪਾਸੇ ਤਾਣੋਂ ਦੇ ਕੋਲ ਵੀ ਹੈ ਜਿਹਦੇ ਬਾਰੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਸੂਮੈ ਸੂਮੈ ਧਨ ਰਾਖਣ ਕੋ ਦੀ ਸ਼ੂਮ ਆਦਮੀ ਧਨ ਦਾ ਪਹਿਰੇਦਾਰ ਹੈ ਬਸ ਤਿਜੋਰੀ ਵਿੱਚ ਪਿਆ ਹੈ ਨਾ ਉਹ ਧਨ ਦਾ ਕੱਪੜਾ ਕੋ ਚੰਗਾ ਹੈ ਨਾ ਉਹਦੇ ਘਰ ਦੀ ਰੋਟੀ ਕੋ ਚੰਗੀ ਆਏਗਾ ਇਹਨੂੰ ਜੀਵ ਹੈ ਕੁਛ ਨਹੀਂ ਦਿਖਾਵਾ ਹੈ ਦੌਲਤ ਹੈ ਬਲਕਿ ਮੈਂ ਕੋਈ ਅੱਗੇ ਚੱਲਾਂ ਕੁਬੇਰ ਲਫਜ਼ ਸੱਪ ਨਾਲ ਵੀ ਜੋੜਿਆ ਗਿਆ ਤਾਂ ਕੋਬਰਾ ਸੱਪ ਲਫਜ਼ ਉੱਥੋਂ ਹੀ ਬਣਿਆ ਸੱਪ ਨਾਲ ਵੀ ਜੋੜਿਆ ਕਿਉਂਕਿ ਲੋਕਾਂ ਨੇ ਇਹ ਕਹਾਵਤ ਬਣਾ ਗਈ ਵੀ ਸੱਪ ਵਾਂਗੂ ਬੈਠਾ ਹੈ ਧਨ ਤੇ ਧਨ ਦੇ ਅੰਬਾਰ ਤੇ ਸੱਪ ਵਾਂਗੂ ਗੁੰਝਲ ਮਾਰ ਕੇ ਬੈਠਾ ਹੈ ਤੇ ਸੱਪ ਹੁੰਦਾ ਜ਼ਹਿਰੀਲਾ ਹੁੰਦੇ ਨੇ ਜਿੱਥੇ ਸੱਪ ਬੈਠਾ ਹੋਵੇ ਉੱਥੇ ਨੇੜੇ ਨਹੀਂ ਜਾਂਦਾ ਕਹਿਣ ਲੱਗੇ ਸੱਪ ਵਾਂਗੂ ਬੈਠਾ ਹੈ ਗੁੰਝਲ ਮਾਰ ਕੇ ਧਨ ਤੇ ਉਹ ਹੈ ਕੋਬਰਾ ਕੋਬਰਾ ਉਹ ਸਿਰਫ ਸੱਪ ਜਿਹੜਾ ਸੰਭਾਲ ਸਕਦਾ ਰਾਖੀ ਕਰ ਸਕਦਾ ਵਰਤ ਨਹੀਂ ਸਕਦਾ ਚਲ ਪਹਿਲ ਕੋਈ ਨਹੀਂ ਉਹ ਸ਼ੂਮੇ ਧਨ ਰੱਖਣ ਤੋਂ ਵੀ ਗਿਆ ਦੋਹਾਂ ਭਰ ਕੇ ਇਸੇ ਲਈ ਦੋ ਲਫ਼ਜ਼ ਧਨ ਦੇ ਸੰਬੰਧ ਵਿੱਚ ਹੀ ਆਖ ਦਿੱਤੇ ਪਰ ਦੋਵਾਂ ਵਿੱਚ ਇੱਕ ਫਰਕ ਰੱਖ ਲਿਆ ਬਾਬਾ ਕਬੀਰ ਜੀ ਨੇ ਬੜਾ ਖੂਬਸੂਰਤ ਫਰਕ ਸੀ ਪਰ ਭੰਡਾਰ
ਕਾਨਿਆਂ ਦੇ ਮਾਲਕ ਪਹਿਲੇ ਦਿਨ ਵਾਲੇ ਮੇਰੇ ਮਾਲਕ ਦੇ ਦਰ ਤੇ ਨੌਕਰ ਕੋਟਕ ਲਖਮੀਆਂ ਜਿਹੜੀਆਂ ਚਹਿਲ ਪਹਿਲ ਸ਼ਿੰਗਾਰ ਜੇ ਉਹਦੀ ਸੁੰਦਰਤਾ ਮੇਰੇ ਮਾਲਕ ਦੇ ਦਰਬਾਰ ਦੀ ਕਿਸੇ ਹੋਰ ਅਮੀਰ ਆਦਮੀ ਦੇ ਮਾਲਕ ਦੇ ਦਰ ਦੀ ਹੋ ਸਕਦੀ ਗੁਰੂ ਨਾਨਕ ਨੇ ਐਵੇਂ ਨਹੀਂ ਬ੍ਰਾਹਮਣ ਨੂੰ ਮੁਖਾਤਬ ਕਰਕੇ ਆਖਿਆ ਸੀ ਭਰਿਆ ਕੀ ਆਰਤੀ ਪਿਆ ਕਰਨਾ ਮੇਰੇ ਮਾਲਕ ਦੀ ਆਰਤੀ ਵੇ ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਣ ਰਾਏ ਫਲੰਤ ਜੋ ਕੈਸੀ ਆਰਤੀ ਹੋਵੇ ਪਰ ਖੰਡ ਨਾ ਤੇਰੀ ਆਰਤੀ ਉਹਦੀ ਚਹਿਲ ਪਹਿਲ ਵੇਖ ਜੋ ਦੌਲਤ ਉਹਦੇ ਘਰ ਵਿੱਚ ਹੈ ਵਾਸਤੇ ਲਕਸ਼ਮੀ ਚਹਿਲ ਪਹਿਲ ਦੀ ਨਿਸ਼ਾਨੀ ਹੈ ਪ੍ਰਗਟਾਵੇ ਵਰਤੋਂ ਦੀ ਨਿਸ਼ਾਨੀ ਹੈ ਤੇ ਕੁਮੇਰ ਜਿਹੜਾ ਕੇਵਲ ਭੰਡਾਰ ਦੀ ਨਿਸ਼ਾਨੀ ਹੈ ਦੋਵਾਂ ਵਿੱਚ ਸੂਖਮ ਭੇਦ ਹੈ ਇੱਥੇ ਦੋਵਾਂ ਦਾ ਨਾਮ ਲੈ ਦਿੱਤਾ ਕਹਿਣ ਲੱਗੇ ਲਖਮੀ ਕਰ ਸ਼ਿੰਗਾਰ ਕੋਟਕ ਪਾਪ ਪੁੰਨ ਬੋਹਿਰੇ ਮੇਰਾ ਮਾਲਕ ਉਹ ਹੈ ਜਿਹੜਾ ਹਰ ਇੱਕ ਦੇ ਪਾਪ ਪੁੰਨ ਉਹਦੇ ਜੀਵਨ ਨੂੰ ਹਰ ਥਾਂ ਤੇ ਜਿੰਨਾ ਮਰਜ਼ੀ ਛੁਪ ਕੇ ਬੈਠਣ ਦੀ ਕੋਸ਼ਿਸ਼ ਉਹਦੇ ਜੀਵਨ ਨੂੰ ਦੇਖ ਰਿਹਾ ਉਹਦੇ ਕੋਲੋਂ ਕੋਈ ਛੁਪਿਆ ਹੋਇਆ ਨਹੀਂ ਹੰਸ ਸੇ ਹੰਸਾ ਬੱਗ ਸੇ ਬੱਗਾ ਘੱਟ ਘੱਟ ਕਰੇ ਵਿਚਾਰ ਗੁਰੂ ਨੇ ਐਵੇਂ ਨਹੀਂ ਆਖ ਦਿੱਤਾ ਘੱਟ ਘੱਟ ਕੇ ਅੰਤਰ ਕੀ ਜਾਣੇ ਤੂੰ ਭਲੇ ਬੁਰੇ ਕੀ ਪਛਾਣ ਉਹ ਦੇਖ ਦੇ ਕਹਿਣ ਲੱਗੇ ਕਰੋੜਾਂ ਇੰਦਰ ਜਿਹੜੇ ਨੇ ਉਹਦੇ ਦਰਬਾਰ ਵਿੱਚ ਸੇਵਾ ਕਰਦੇ ਨੇ ਉਹਦੀ ਖੇਡ ਵਿੱਚ ਸ਼ਾਮਿਲ ਇੱਥੇ ਬਸ ਨਹੀਂ ਫਿਰ ਕਹਿਣ ਲੱਗੇ ਛਪਨ ਕੋਟ ਜਗ ਕੇ ਪ੍ਰਤਹਾਰ ਛਪੰਜਾ ਕਰੋੜ ਮੇਘ ਮਾਲਾ ਭਾਵੇਂ ਮਿਥਾਲ ਦਾ ਹਿੱਸਾ ਹੈ ਪਰ ਐਗਜ਼ਾਮਪਲ ਵਜੋਂ ਵਰਤਿਆ ਜਾ ਰਿਹਾ ਸ਼ਾਸਤਰ ਦੇ ਮੁਤਾਬਕ ਕਿ ਬੱਦਲ ਜਿਹੜੇ ਮੇਘ ਮਾਲਾ ਜਿਹੜੀ ਪਾਣੀ ਦਾ ਜ਼ਰੀਆ ਜਿਹੜਾ ਉਹ ਛਪੰਜਾ ਕਰੋੜ ਹੈ ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਭਾਵੇਂ ਛਪੰਜਾ ਦੀ ਥਾਂ ਛਪੰਜਾ ਕਰੋੜ ਦੀ ਥਾਂ 'ਤੇ ਛਪੰਜਾ ਅਰਬ ਕਰ ਲਓ ਇੱਕ ਖਿਆਲ ਕਰੇ ਉਹ ਹੈ ਸਭ ਮੇਰੇ ਮਾਲਕ ਦੇ ਹੁਕਮ ਵਿੱਚ ਹਰ ਗੱਲ ਦਾ ਜਵਾਬ ਬਾਣੀ ਵਿੱਚ ਹੈ ਸਤਿਗੁਰੂ ਨੇ ਕਿਉਂ ਆਖ ਦਿੱਤਾ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਤਰ ਸੁਣੀ ਪੁਕਾਰ ਜਦੋਂ ਬੰਬੀਹੇ ਨੂੰ ਲੋੜ ਪਈ ਨਾ ਬਾਰਿਸ਼ ਦੀ ਮੇਘ ਦੀ ਉਹ ਬੋਲਿਆ ਮਾਲਕ ਦੇ ਦਰ ਤੇ ਪੁਕਾਰ ਸੁਣੀ ਇਹ ਦੇਖਣਾ ਉੱਥੇ ਇਹ ਨਹੀਂ ਆਖਿਆ ਕਿ ਉਹ ਪੁਕਾਰ ਮੇਘ ਨੇ ਸੁਣੀ ਬਿਲਕੁਲ ਨਹੀਂ ਤਾਂ ਦਰ ਸੁਣੀ ਪੁਕਾਰ ਹਾਂ ਉਸ ਜਿਹਦੇ ਦਰ ਤੇ ਪੁਕਾਰ ਸੁਣੀ ਗਈ ਨਾ ਉਹਨੇ ਮੇਘ ਨੂੰ ਹੁਕਮ ਕੀਤਾ ਅਗਲੀ ਲਾਈਨ ਪੜ੍ਹੋ ਮੇਘ ਨੂੰ ਫੁਰਮਾਨ ਹੋਇਆ ਬਰਸੋ ਕਿਰਪਾ ਦਾ ਮੇਘ ਮਾਲਕ ਨਹੀਂ ਛਪਨ ਕੋਟ ਜਾ ਕੇ ਪ੍ਰਤਹਾਰ ਛਪੰਜਾ ਕਰੋੜ ਮੇਘ ਮਾਲਾ ਜਿਹੜੀ ਹੈ ਉਹਦੇ ਦਰ ਦੀ ਨੌਕਰ ਹੈ ਜਦੋਂ ਫੁਰਮਾਨੋਂ ਨੇ ਕਰਨਾ ਉਵੇਂ ਚੱਲਣਾ ਨਹੀਂ ਤੇ ਉਹ ਨਗਰੀ ਨਗਰੀ ਖੇਤ ਅਪਾਰ ਥਾਂ ਥਾਂ ਤੇ ਬੱਦਲ ਇੱਥੇ ਖਲੋਤੇ ਨੇ ਅਗਲੇ ਪਿੰਡ ਚਲੇ ਗਏ ਨੇ ਅਗਲੇ ਸ਼ਹਿਰ ਚਲੇ ਗਏ ਨੇ ਅਗਲੀ ਸਟੇਟ ਚਲੇ ਗਏ ਨੇ ਉਹ ਥਾਂ ਥਾਂ ਫਿਰ ਰਹੇ ਨੇ ਬੇਟਿਕਾਣਾ ਨੇ ਤੇ ਹੁਕਮ ਵਿੱਚ ਜਿੱਧਰ ਮੇਰਾ ਮਾਲਕ ਹੁਕਮ ਕਰਦਾ ਮੇਘੇ ਨੂੰ ਫੁਰਮਾਨ ਹੋਆ ਵਰਸੇ ਕਿਰਪਾ ਧਾਰ ਉੱਧਰ ਤੁਰ ਪੈਂਦੇ ਨੇ ਤੀਜੀ ਸਟੇਟ ਵਿੱਚ ਚਲਾ ਆਪਾਂ ਕਹਿ ਦਿੰਦੇ ਮੌਨਸੂਨ ਆ ਗਿਆ ਕਿੱਥੋਂ ਆ ਗਿਆ
ਹੁਣ ਇੱਥੇ ਪਹੁੰਚ ਗਿਆ ਜੀ, ਕੱਲ ਇੰਨੇ ਦਿਨਾਂ ਬਾਅਦ ਫਲਾਣੀ ਸਟੇਟ ਵਿੱਚ ਪਹੁੰਚ ਜਾਵੇਗਾ, ਆਪਾਂ ਦੇਖ ਲਿਓ ਉਹ ਕਿੰਨੇ ਹੁਕਮ ਵਿੱਚ ਚੱਲ ਰਿਹਾ। ਹੁਣ ਅਗਲੇ ਪਾਸੇ ਅਗਲਾ ਲੋਸ ਫਿਰ ਸਮਝ ਕਹਿਣ ਲੱਗੇ ਲੱਕ ਛੋਟੀ ਲੱਕ ਛੋਟੀ ਵਰਤੇ ਬਿਕਰਾ। ਹੁਣ ਲੱਕ ਛੋਟੀ ਕਿਹਨੂੰ ਆਖਿਆ ਕੀ ਲੱਕ ਕਹਿੰਦੇ ਨੇ, ਲਿਟ ਕਹਿੰਦੇ ਨੇ ਵਾਲਾਂ ਦੇ ਹਿੱਸੇ ਨੂੰ, ਤੇ ਜਦੋਂ ਵਾਲ ਖਿਲ ਰਹੇ ਹੋਣ ਕਿਉਂ ਲੱਟਾਂ ਖਿਲਾਰੀਆਂ ਨੂੰ ਆਪਾਂ ਕਹਿੰਦੇ, ਤੇ ਜਿਹਨੂੰ ਦੇਵੀ ਆਖਦੇ ਸਨ ਨਾ ਕਾਲਕਾ ਦੁਰਗਾ, ਉਹਨੂੰ ਆਪ ਹੀ ਲਿਖਦੇ ਨੇ ਕਿ ਉਹਦੇ ਵਾਲ ਖੁੱਲੇ ਨੇ ਟਣ ਤੋਂ ਲੱਗੀ, ਉਹਦਾ ਨਾਂ ਹੀ ਲੱਟ ਛੁੱਟੀ ਹੈ ਖੁੱਲੇ ਵਾਲਾਂ ਵੱਲ। ਤੇ ਖੁੱਲੇ ਵਾਲ ਜਿਹੜੇ ਨੇ ਉਹ ਬਿਕਰਾਲ ਦੀ ਭਿਆਨਕਤਾ ਦੀ ਨਿਸ਼ਾਨੀ ਹੁੰਦੀ ਹੈ, ਪੁਰਾਤਨ ਸਮੇਂ ਅੰਦਰ ਖੁੱਲੇ ਵਾਲ ਭਿਆਨਕਤਾ ਦੀ ਨਿਸ਼ਾਨੀ ਸੀ। ਮੈਂ ਕਹਿੰਦਾ ਮੇਰੇ ਸਾਹਮਣੇ ਕਈ ਵਾਰੀ ਕੋਈ ਗੱਲ ਆ ਜਾਏ ਤੇ ਬੱਚੀਆਂ ਬੈਠੀਆਂ ਨੇ ਚੁੱਪ, ਗੱਲ ਤਾਂ ਬਾਣੀ ਵਿੱਚੋਂ ਜਾਂ ਸਮਾਜ ਦੀ ਬਣਤਰ ਵਿੱਚੋਂ ਸਾਹਮਣੇ ਰੱਖ। ਮੈਨੂੰ ਅਜੇ ਤੱਕ ਯਾਦ ਹੈ ਸਾਡੀ ਦਾਦੀ ਮਾਂ, ਮੈਂ ਬੱਚਾ ਹੁੰਦਾ ਸੀ ਉਦੋਂ ਮਾਵਾਂ ਨੇ ਡਰਾਉਣਾ, ਬਾਹਰ ਨਾ ਨਿਕਲਿਓ ਪੈਣਾ ਤੁਲੀਆਂ ਹੁੰਦੀਆਂ ਨਿਸ਼ਾਨੀ ਪਤਾ ਜੇ ਕੀ ਹੈ, ਉਹਨਾਂ ਦੇ ਲੰਬੇ ਲੰਬੇ ਨਹੁੰ ਹੁੰਦੇ, ਨਹੁੰ ਦੇ ਨਾਲ ਉਹ ਸੀਨਾ ਪਾੜ ਲੈਂਦੀਆਂ ਨੇ, ਲੰਬੇ ਲੰਬੇ ਨਹੁੰ ਹੁੰਦੇ ਨੇ ਸੀਨਾ ਪਾੜ ਲੈਂਦੀਆਂ, ਉਹਨਾਂ ਦੇ ਵਾਲ ਖੁੱਲੇ ਹੁੰਦੇ ਨੇ, ਉਹਨਾਂ ਦੇ ਮੂੰਹ ਤੇ ਖੂਨ ਲੱਗਾ ਹੁੰਦਾ ਕਿਉਂਕਿ ਖੂਨ ਪੀਂਦੀਆਂ ਨੇ। ਲੋ ਆ ਤਿੰਨ ਨਿਸ਼ਾਨੀਆਂ ਦਿੰਦੇ ਸੀ, ਉਹ ਸਮਾਂ ਬਦਲ ਗਿਆ, ਅੱਜ ਤਿੰਨੋ ਚੀਜ਼ਾਂ ਸਾਡੇ ਵਿੱਚ ਆ ਗਈਆਂ। ਨੋ ਸਪੈਸ਼ਲ ਲੰਬੇ ਲੋਹੇ ਜਾਂਦੇ ਨੇ ਤੇ ਮੂੰਹ ਤੇ ਲਿਪਸਟਿਕ ਉਸ ਰੂਪ ਵਿੱਚ ਰਹੇ ਜਿਵੇਂ ਖੂਨ ਲੱਗਿਆ ਹੁੰਦਾ। ਮੈਂ ਪਹਿਲੇ ਮਗਲੀ ਜਿਹੜੀ ਗੱਲ ਮੇਰੇ ਸਾਹਮਣੇ ਆਈ ਮੇਰੇ ਫਰਜ਼ ਬਣਦਾ ਕਹਿਣ, ਮੂੰਹ ਤੇ ਖੂਨ ਵੀ ਦਾ ਰੂਪ ਵੀ ਆ ਗਿਆ। ਵਾਲ ਗੁੰਦਾਈ ਜਿਹੜੀ ਪੁਰਾਣੇ ਸਮੇਂ ਦੀ ਇੱਕ ਬੜੀ ਮਿਹਨਤ ਦੀ ਸੁੰਦਰਤਾ ਮੰਨੀ ਜਾਂਦੀ ਸੀ ਉਹ ਵੀ ਖਤਮ ਹੋ ਗਈ, ਵਾਲ ਵੀ ਖੁੱਲੇ ਹੋ ਗਏ। ਤੇ ਕਾਲਕਾ ਜਿਹੜੀ ਬੜੀ ਭਿਆਨਕ ਹੈ ਉਹਦੇ ਨਾਲ ਲਫ਼ਜ਼ ਵੀ ਭਿਆਨਕ ਵਰਤ ਦਿੱਤਾ ਗਿਆ ਤੇ ਉਹਦੀ ਨਿਸ਼ਾਨੀ ਕੀ ਦੱਸੀ ਨੇ, ਉਹ ਇਸ ਤਰ੍ਹਾਂ ਭਿਆਨਕ ਹੈ ਉਹਦੀਆਂ ਲੱਟਾਂ ਭਾਵ ਵਾਲ ਖੁੱਲੇ ਨੇ, ਗੁਰਬਾਣੀ ਨੇ ਵੀ ਵਰਤੇ ਚਿਤਰਨਾਟ ਨੇ ਵੀ ਵਰਤੇ। ਇੱਥੇ ਵੀ ਕਾਲਕਾ ਨੂੰ ਲੱਟ ਛੁੱਟੀ ਆਖੇ ਹੈ, ਖੁੱਲੇ ਵਾਲਾਂ ਵਾਲੀ ਬਿਕਰਾਲ ਬੜੀ ਭਿਆਨਕ ਰੂਪ ਵਾਲੀ ਲੱਟ ਛੁੱਟੀ, ਕਿਉਂਕਿ ਲੱਟ ਦਾ ਮਤਲਬ ਹੈ ਵਾਲਾਂ ਦਾ ਹਿੱਸਾ ਖੁੱਲੇ ਵਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਥਾਂ ਤੇ ਹੋਰ ਵੀ ਇਹ ਸ਼ਬਦ ਆਇਆ ਹੈ ਮਰਿਆਦਾ, ਸਮਾਜਿਕ ਮਰਿਆਦਾ ਮੁਤਾਬਕ ਜਦੋਂ ਕਿਸੇ ਦਾ ਪਤੀ ਗੁਜ਼ਰ ਜਾਣਾ ਉਸ ਟਾਈਮ 'ਤੇ ਅਫਸੋਸ ਵਜੋਂ ਪਤਨੀ ਦੇ ਵਾਲ ਖੋਲ੍ਹ ਦਿੰਦੇ ਸਨ। ਗੁਰੂ ਨੇ ਬਾਣੀ ਵਿੱਚ ਇੱਕ ਉਸ ਐਗਜ਼ਾਮਪਲ ਉਸ ਮੁਹਾਵਰੇ ਨੂੰ ਰਹਿੰਦੇ ਹੈ, ਕਹਿੰਦੇ ਦਰਵਾਜ਼ੇ 'ਤੇ ਬੈਠੀ ਮਾਂ ਰੋ ਰਹੀ ਹੈ ਪੁੱਤਰ ਨੂੰ ਭਰਾ ਉਠਾ ਕੇ ਲੈ ਗਏ ਨੇ ਤੇ ਕੇਸ ਖੋਲ੍ਹ ਕੇ ਤ੍ਰਿਆ ਪਤਨੀ ਰੋ ਰਹੀ ਹੈ। ਲੱਭੋ ਉੱਥੇ ਤ੍ਰੇ ਕੇਸ ਖੋਲ੍ਹ ਕੇ, ਕਿਉਂਕਿ ਨਿਸ਼ਾਨੀ ਸੀ ਕੇਸ ਖੋਲ੍ਹਣੇ ਉਸ ਵਕਤ ਦੀ ਸੋਗ ਦੀ ਨਿਸ਼ਾਨੀ ਗੁਰਬਾਣੀ ਦੇ ਲਫ਼ਜ਼ ਨੇ। ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿਣਾ ਚਾਹੁੰਦਾ, ਜੋ ਕੁਝ ਸਮਝਣਾ ਗੁਰਬਾਣੀ ਵਿੱਚੋਂ ਸਮਝ ਕਹਿੰਦੇ ਨੇ ਛਿਪਕਾਏ ਤੇਰੀ ਯਾਰੋ ਵੇ
ਛਿਟਕਾਣਾ ਜਿਹੜਾ ਇਹ ਸੋਗ ਦੀ ਭੈ ਦੀ ਭਿਆਨਕਤਾ ਦੀ ਨਿਸ਼ਾਨੀ ਤੇ ਇੱਥੇ ਹੁਣ ਭਿਆਨਕਤਾ ਵਾਲੀ ਖੁੱਲ੍ਹੇ ਕੇਸਾਂ ਵਾਲੀ ਕਾਲਕਾ ਤੇ ਦੁਰਗਾ ਦੇਵੀ ਦਾ ਜ਼ਿਕਰ ਹੈ। ਕਹਿੰਦੇ ਨੇ ਤੂੰ ਤੇ ਉਸ ਖੁੱਲ੍ਹੇ ਵਾਲਾਂ ਵਾਲੀ ਤੇ ਭਿਆਨਕ ਰੂਪ ਵਾਲੀ, ਅੱਜ ਵੀ ਤੁਸੀਂ ਬੇਸ਼ੱਕ ਉਹਨਾਂ ਦੀਆਂ ਦੇਵੀਆਂ ਦੀਆਂ ਫੋਟੋਆਂ ਵੇਖੋ, ਬੜੀਆਂ ਭਿਆਨਕ ਫੋਟੋਆਂ ਨੇ ਜਿਹੜੀਆਂ ਰਾਤ ਦੇ ਹਨੇਰੇ ਛੋਟਾ ਬੱਚਾ ਦੇਖ ਲੈ ਤੇ ਡਰ ਜਾਏ, ਵਿਕਰਾਲ ਰੂਪ। ਤੇ ਬਾਬਾ ਕਬੀਰ ਜੀ ਆਪਣੀ ਰਸਮਤ ਆਖ ਰਹੇ ਨੇ, ਕਹਿੰਦੇ ਨੇ ਮੈਂ ਦੇਖਦਾ ਕੀ ਆ ਜਿਹੜੇ ਲੱਟ ਛੂਟੀ ਵਰਤੈ ਵਿਕਰਾਲ, ਜਿਹੜੀ ਭਿਆਨਕਤਾ ਦੀ ਨਿਸ਼ਾਨੀ ਲੱਟ ਛੂਟੀ ਦੇਵੀ ਹੈ ਨਾ ਜਿਹੜੀ ਵਰਤ ਰਹੀ ਹੈ ਉਹ ਭਰਿਆ, ਇਹ ਉਹਦੀ ਪੂਜਾ ਨਾ ਕਰ। ਇਹ ਤਾਂ ਸਾਰੇ ਜਿੰਨੀਆਂ ਸ਼ਕਤੀਆਂ ਨੇ ਜਿਹਨਾਂ ਨੂੰ ਤੂੰ ਸ਼ਕਤੀ ਸਮਝ ਕੇ ਪੂਜ ਰਿਹਾ, ਇਹ ਤਾਂ ਮੇਰਾ ਮਾਲਕ ਉਹਨਾਂ ਚੀਜ਼ਾਂ ਨਾਲ ਵਸਤੂਆਂ ਨਾਲ ਖੇਡ ਰਿਹਾ, ਇਹ ਸਾਰੀ ਉਹਦੀ ਖੇਡ ਦੀ ਸਮਾਨ ਹੈ, ਤੂੰ ਸਮਾਨ ਨੂੰ ਨਾ ਪੂਜ, ਤੂੰ ਖਿਡਾਰੀ ਬਣ ਜਾਏ। ਕਹਿੰਦੇ ਨੇ ਲੱਟ ਛੂਟੀ ਵਰਤੈ ਵਿਕਰਾਲ, ਲੱਟ ਛੂਟੀ ਵਰਤੈ ਵਿਕਰਾਲ, ਕੋਟ ਕਲਾ ਖੇਡ ਦਾ ਸਮਾਨ ਨੇ, ਤੂੰ ਇਸ ਸਮਾਨ ਦੀ ਪੂਜਾ ਨਾ ਕਰ, ਉਸ ਖਿਡਾਰੀ ਨੂੰ ਸੰਭਾਲ ਲੈ, ਉਹਨੂੰ ਪਛਾਣ ਲੈ। ਕਹਿੰਦੇ ਇਸੇ ਸ਼ਬਦ ਦੇ ਰਹਾਓ ਦੀ ਤੁਕ ਵਿੱਚ ਆਖ ਦਿੱਤੀ, ਜਿਹਦੇ ਦੁਆਲੇ ਇਹ ਸਾਰਾ ਸ਼ਬਦ ਚੱਲ ਰਿਹਾ ਉਹ ਤੁਕ ਹੈ, ਜੋ ਜਾਚੋ ਤੋ ਕੇਵਲ ਰਾਮ, ਆਣ ਦੇਵ ਸਿਓ ਨਾਹੀ ਕਹਾ। ਮੈਂ ਕਿਸੇ ਹੋਰ ਦੇਵੀ ਦੇਵਤਾ ਜਿਹੜਾ ਉਸ ਮਾਲਕ ਦੀ ਖੇਡ ਦਾ ਇੱਕ ਸਮਾਨ ਹੈ ਉਹਨੂੰ ਨਹੀਂ ਜਾਣਦਾ, ਮੈਂ ਉਹਨੂੰ ਨਹੀਂ ਪਛਾਣਦਾ, ਮੈਂ ਤੇ ਇੱਕ ਰਾਮ, ਇੱਕ ਪ੍ਰਭੂ, ਇੱਕ ਮਾਲਕ ਜਿਹੜਾ ਹੈ ਸਾਰੀ ਖੇਡ ਦਾ ਮਾਲਕ ਹੈ, ਜਿਹੜਾ ਸਾਰਾ ਤਮਾਸ਼ਾ ਕਰ ਰਿਹਾ, ਮੈਂ ਉਸ ਤਮਾਸ਼ੇ ਵਾਲੇ ਖਿਡਾਰੀ ਨੂੰ ਜਾਣਨਾ। ਕਹਿਣ ਲੱਗੇ ਜੋ ਜਾਚੋ ਤੋ ਕੇਵਲ ਰਾਮ, ਆਣ ਦੇਵ ਸਿਓ ਨਾਹੀ ਕਾਮ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹਲਾ ਤੀਜਾ।